ਹਾਂਜੀ ਬੱਚੇ, ਚੌਥਾ ਚੈਪਟਰ ਆਪਾਂ ਡਾਟਾ ਹੈਂਡਲਿੰਗ ਸਟਾਰਟ ਕੀਤਾ ਸੀਗਾ ਕਲਾਸ 8 ਦੇ ਵਿੱਚ, ਜਿਹਦੇ ਵਿੱਚ ਆਪਾਂ ਪਹਿਲੇ ਚਾਰ ਕੁਐਸਚਨ ਆਪਣੇ ਡਿਸਕਸ ਕਰ ਲਏ ਸੀ। ਡਿਸਕ੍ਰੀਟ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਤੱਕ ਸਾਡਾ ਕੁਐਸਚਨ ਕੰਪਲੀਟ ਹੋ ਚੁੱਕੇ ਸੀਗੇ, ਜਿਹਦੇ ਆਪਾਂ ਚਾਰ ਪਾਰਟ ਕਰੇ ਸੀਗੇ। ਜੇ ਹਾਲੇ ਤੁਸੀਂ ਵੀਡੀਓ ਨੂੰ ਦੇਖੀ ਤਾਂ ਪਹਿਲਾਂ ਪ੍ਰੀਵੀਅਸ ਵੀਡੀਓ ਚੈੱਕ ਕਰ ਲਿਓ, ਠੀਕ ਹੈ ਜੀ। ਅੱਜ ਆਪਾਂ ਗੱਲ ਕਰਨੀ ਹੈ ਨੈਕਸਟ ਪਾਰਟ ਦੀ, ਡੈਟ ਇਜ਼ ਕੰਟੀਨਿਊਸ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ, ਠੀਕ ਹੈ। ਸਟਾਰਟ ਕਰਦੇ ਬੱਚੇ, ਬੱਚੇ ਕੰਟੀਨਿਊਸ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਕੀ ਹੁੰਦਾ ਹੈ? ਦ ਅਬਵ ਮੈਥਡ ਆਫ ਪ੍ਰਜੈਂਟਿੰਗ ਦਾ ਰਾ ਡਾਟਾ ਇਜ਼ ਕਨਵੀਨੀਅੰਟ ਐਂਡ ਈਜ਼ੀ, ਵੇਅਰ ਦਾ ਵੈਲਿਊ ਇਜ਼ ਇਨ ਰਾ ਡਾਟਾ ਆਰ ਲਾਰਜਲੀ ਰਿਪੀਟਿੰਗ। ਜੀ ਕਹਿੰਦੇ ਜਿਹੜਾ ਉੱਪਰ ਵਾਲਾ ਆਪਾਂ ਮੈਥਡ ਯੂਜ਼ ਕਰਕੇ ਆਏ ਹਾਂ ਡਿਸਕ੍ਰੀਟ ਵਾਲਾ, ਹੈ ਨਾ, ਕਹਿੰਦੇ ਕਨਵੀਨੀਅੰਟ ਕਿਉਂ ਹੈ? ਕਿਉਂਕਿ ਉਹ 'ਚ ਵੈਲਿਊਜ਼ ਕਿਆ ਹੋ ਰਹੀਆਂ ਸੀ? ਰਿਪੀਟ ਹੋ ਰਹੀਆਂ ਸੀ, ਜਿਵੇਂ 1 ਚਾਰ ਵਾਰ ਆ ਰਿਹਾ ਸੀ ਜਾਂ 5 ਵਾਰ ਆ ਰਿਹਾ ਸੀ, ਕਨਵੀਨੀਅੰਟ ਸੀ। ਬਟ ਇਫ ਦਾ ਆਬਜ਼ਰਵੇਸ਼ਨ ਆਰ ਨੋਟ ਰਿਪੀਟਿੰਗ ਐਂਡ ਦਾ ਡਿਫਰੈਂਸ ਬਿਟਵੀਨ ਗ੍ਰੇਟੈਸਟ ਐਂਡ ਸਮਾਲੈਸਟ ਆਬਜ਼ਰਵੇਸ਼ਨ ਇਜ਼ ਲਾਰਜ, ਲੇਕਿਨ ਅਗਰ ਵੈਲਿਊਜ਼ ਰਿਪੀਟ ਹੀ ਨਾ ਕਰ ਰਹੀਆਂ ਹੋਣ, ਅਗਰ ਵੈਲਿਊ ਕੀ ਨਾ ਕਰ ਰਹੀਆਂ, ਰਿਪੀਟ ਨਾ ਕਰ ਰਹੀਆਂ ਹੋਣ, ਦੈਨ ਵੀ ਅਰੇਂਜ ਦਾ ਡਾਟਾ ਇਨ ਟੂ ਕਲਾਸਿਸ ਔਰ ਗਰੁੱਪ, ਠੀਕ ਹੈ ਜੀ। ਤਾਂ ਉਸ ਕੇਸ ਦੇ ਵਿੱਚ ਆਪਾਂ ਜਿਹੜਾ ਡਾਟਾ ਹੁੰਦਾ ਕਲਾਸਿਸ ਜਾਂ ਗਰੁੱਪ ਦੇ ਵਿੱਚ ਅਰੇਂਜ ਕਰਦੇ ਹਾਂ, ਉਹਨੂੰ ਆਪਾਂ ਕੰਟੀਨਿਊਸ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਬੋਲਦੇ ਹਾਂ, ਜਾਂ ਫਿਰ ਆਪਾਂ ਉਹਨੂੰ ਗਰੁੱਪ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਵੀ ਬੋਲਦੇ ਹਾਂ। ਹੁਣ ਮੈਂ ਐਕਸਪਲੇਨ ਕਰਦਾ ਕਿ ਮੈਂ ਕੀ ਕਹਿਣਾ ਚਾਹੁੰਦਾ। ਜਿਵੇਂ ਫੋਰ ਐਗਜ਼ਾਮਪਲ ਇੱਕ ਕੁਐਸਚਨ ਹੈ, ਵੀਕਲੀ ਵੇਜਿਸ ਆਫ 30 ਸਟੂਡੈਂਟ ਇਨ ਅ ਫੈਕਟਰੀ ਆਰ। ਵੇਜਿਸ ਦਾ ਮਤਲਬ ਜੋ 30 ਵਰਕਰਾਂ ਨੂੰ ਉਹਨਾਂ ਦਾ ਵੇਜ ਮਿਲਦਾ, ਯਾਨੀ ਦਿਹਾੜੀ ਮਿਲਦੀ ਹੈ, ਪੈਸੇ ਮਿਲਦੇ ਨੇ, ਉਹ ਇਸ ਤਰੀਕੇ ਨੇ, ਠੀਕ ਹੈ ਜੀ। ਕਿਸੇ ਨੂੰ 830 ਰੁਪਏ ਮਿਲਦਾ, ਕਿਸੇ ਨੂੰ 835, ਕਿਸੇ ਨੂੰ 890। ਹੁਣ ਅਗਰ ਮੈਂ ਡਿਸਕ੍ਰੀਟ ਬਣਾਉਣਾ ਚਾਹੁੰਦਾ ਤਾਂ ਸਭ ਤੋਂ ਛੋਟਾ ਨੰਬਰ ਦੇਖੋ ਕਿਹੜਾ, ਸਭ ਤੋਂ ਛੋਟਾ ਕਿਹੜਾ 804। 804 ਕਿੰਨੀ ਵਾਰ ਆ ਰਿਹਾ? ਇੱਕ ਵਾਰ। ਤਾਂ 804 ਇੱਥੇ ਫ੍ਰੀਕੁਐਂਸੀ ਇੱਕ ਲਿਖਦਾ, ਅਗਲਾ ਕਿਹੜਾ 806, 806 ਫ੍ਰੀਕੁਐਂਸੀ ਇੱਕ ਲਿਖਦਾ। ਤਾਂ ਇੱਦਾਂ ਲਿਖਣਾ ਬਹੁਤ ਹੀ ਨਾ ਮਤਲਬ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ। ਤਾਂ ਇਸ ਚੀਜ਼ ਨੂੰ ਖਤਮ ਕਰਨ ਲਈ ਕੰਟੀਨਿਊਸ ਡਿਸਟ੍ਰੀਬਿਊਸ਼ਨ ਦੀ ਹੈਲਪ ਲਈ ਜਾਂਦੀ ਹੈ। ਕਿਵੇਂ? ਆਪਾਂ ਨਾ ਇਹ ਕਲਾਸਿਸ ਬਣਾ ਲੈਂਦੇ ਹਾਂ, ਗਰੁੱਪ ਕਰ ਲੈਂਦੇ ਹਾਂ, ਯਾਨੀ 800 ਰੁਪਏ ਤੋਂ ਲੈ ਕੇ ਆਪਾਂ ਗਰੁੱਪ ਬਣਾ ਲਿਆ ਕਿਹੜਾ ਵੇਜਿਸ ਦਾ, ਕਿ 800 ਰੁਪਏ ਤੋਂ ਲੈ ਕੇ 810 ਦੇ ਵਿੱਚ ਕਿੰਨੇ ਬੰਦੇ ਕਮਾ ਰਹੇ ਨੇ, ਠੀਕ ਹੈ ਜੀ। ਜਿਵੇਂ 800 ਤੋਂ ਲੈ ਕੇ ਕਿੰਨੇ ਵਿੱਚ, 810 ਤੱਕ ਗਿਣੋ। 800 ਤੋਂ 810 ਦੇ ਵਿੱਚ ਕਿਹੜਾ ਆ ਰਿਹਾ? ਇੱਕ ਆ ਰਿਹਾ 804, ਇੱਕ ਆ ਰਿਹਾ 806, ਇੱਕ ਆ ਰਿਹਾ 808। ਤਾਂ 800 ਰੁਪਏ ਤੋਂ ਲੈ ਕੇ 810 ਦੇ ਵਿੱਚ ਕਿੰਨੇ ਬੰਦੇ ਕਮਾ ਰਹੇ ਨੇ? 3 ਬੰਦੇ ਕਮਾ ਰਹੇ ਨੇ, ਉਹਨਾਂ ਦਾ ਕੀ ਬਣਾ ਲਿਆ ਆਪਾਂ? ਟੈਲੀ ਮਾਰਕਸ। ਸਿਮਿਲਰਲੀ 810 ਤੋਂ ਲੈ ਕੇ 820 ਤੱਕ ਕਿੰਨੇ ਬੰਦੇ ਕਮਾ ਰਹੇ ਨੇ? ਉਹ ਵੀ ਆਪਾਂ ਇੱਥੋਂ ਗਿਣ ਲਿਆ। ਜਿਵੇਂ 810 ਇੱਕ ਆ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ 812 ਆ ਗਿਆ, 2, ਡੈਟਸ ਇਟ। ਤਾਂ 2 ਆ ਗਿਆ ਟੈਲੀ ਮਾਰਕਸ ਫ੍ਰੀਕੁਐਂਸੀ। ਹੁਣ ਇਹਦੇ ਵਿੱਚ ਜੋ ਆਪਣੀ ਇੰਪੋਰਟੈਂਟ ਪੁਆਇੰਟਸ ਨੋਟ ਕਰਨ ਵਾਲੇ ਨੇ, ਉਹਦੀ ਗੱਲ ਕਰਦੇ ਹਾਂ। ਪਹਿਲਾ ਜਿਹੜਾ ਇੱਥੇ ਵਰਡ ਸਾਡਾ ਯੂਜ਼ ਹੁੰਦਾ, ਹੁੰਦਾ ਕਲਾਸ ਇੰਟਰਵਲ। ਆ ਕਲਾਸ ਇੰਟਰਵਲ ਕੀ ਹੁੰਦਾ? ਜਿਹੜਾ ਆਪਾਂ ਗਰੁੱਪਸ ਬਣਾਏ ਨੇ ਨਾ, 800 ਤੋਂ 810, 820 ਤੋਂ 810 ਤੋਂ 820, 820 ਤੋਂ 830, 830 ਤੋਂ 840, ਇਹਨਾਂ ਸਾਰਿਆਂ ਨੂੰ ਆਪਾਂ ਬੋਲਦੇ ਹਾਂ ਕਲਾਸ ਇੰਟਰਵਲ। ਇਹਨਾਂ ਨੂੰ ਕੀ ਕਿਹਾ ਜਾਂਦਾ ਜੀ? ਕਲਾਸ ਇੰਟਰਵਲ। ਇੰਨੀ ਗੱਲ ਓਕੇ ਹੋ ਗਈ, ਚਲੋ ਨੈਕਸਟ। ਉਸ ਤੋਂ ਬਾਅਦ ਆਉਂਦਾ ਲੋਅਰ ਲਿਮਿਟ ਆਫ ਕਲਾਸ। ਹੁਣ ਜਿਵੇਂ ਆ ਇੰਟਰਵਲ ਦਿੱਤਾ ਹੋਇਆ, ਮੈਂ ਇੱਕ ਇੰਟਰਵਲ ਚੱਕਦਾ, ਲੈਟ ਆ ਮੈਂ ਇੰਟਰਵਲ ਲਿਆ 830 ਤੋਂ 840। ਇਹਦੇ ਵਿੱਚ ਜਿਹੜੀ ਛੋਟੀ ਵੈਲਿਊ ਹੁੰਦੀ ਹੈ, ਸਮਾਲਰ ਵੈਲਿਊ, ਇਹਨੂੰ ਬੋਲਦੇ ਆ ਲੋਅਰ ਲਿਮਿਟ ਆਫ ਕਲਾਸ। ਇਹਨੂੰ ਕੀ ਕਹਿੰਦੇ ਆ? ਲੋਅਰ ਲਿਮਿਟ ਆਫ ਕਲਾਸ ਕਹਿੰਦੇ ਆ। ਤੇ ਇਹਨੂੰ ਫਿਰ ਆਪਾਂ ਕੀ ਕਹਾਂਗੇ? ਇਹਨੂੰ ਕਹਿੰਦੇ ਆ ਅਪਰ ਲਿਮਿਟ ਆਫ ਕਲਾਸ। ਇੱਕ ਮਾਰਕ ਲਈ ਕੁਐਸਚਨ ਪੁੱਛਿਆ ਜਾਂਦਾ ਕਿ ਇਹ 'ਚ ਅਪਰ ਲਿਮਿਟ ਕਿਹੜੀ ਹੈ ਤੇ ਲੋਅਰ ਲਿਮਿਟ ਕਿਹੜੀ ਹੈ, ਠੀਕ ਹੈ ਜੀ। ਲੋਅਰ ਲਿਮਿਟ ਇਨ ਕਲਾਸ ਇੰਟਰਵਲ, ਸਮਾਲਰ ਵੈਲਿਊ ਇਜ਼ ਕਾਲਡ ਲੋਅਰ ਲਿਮਿਟ। ਅਪਰ ਕਲਾਸ ਲਿਮਿਟ ਇਨ ਕਲਾਸ ਇੰਟਰਵਲ, ਹਾਇਰ ਵੈਲਿਊ ਇਜ਼ ਕਾਲਡ ਅਪਰ ਕਲਾਸ ਲਿਮਿਟ। ਕਲੀਅਰ ਹੋ ਗਿਆ? ਉਸ ਤੋਂ ਬਾਅਦ ਪੁੱਛੇਗਾ ਕਲਾਸ ਵਿਡਥ ਔਰ ਕਲਾਸ ਸਾਈਜ਼। ਜਿਵੇਂ ਕਲਾਸ ਇੰਟਰਵਲ ਆ 800 ਤੋਂ 810, ਕਲਾਸ ਵਿਡਥ ਜਾਂ ਕਲਾਸ ਸਾਈਜ਼ ਦਾ ਮਤਲਬ ਹੁੰਦੀ ਹੈ ਇਹਨਾਂ ਦੇ ਵਿੱਚ ਕਿੰਨੇ ਦਾ ਅੰਤਰ ਹੈ, ਕਿੰਨੇ ਦਾ ਡਿਫਰੈਂਸ ਹੈ। ਜਿਵੇਂ 800 ਤੇ 810 'ਚ ਕਿੰਨੇ ਦਾ ਡਿਫਰੈਂਸ ਹੈ? 10 ਦਾ ਡਿਫਰੈਂਸ ਹੈ। ਯਾਨੀ ਕਲਾਸ ਵਿਡਥ ਜਾਂ ਕਲਾਸ ਸਾਈਜ਼ ਕੀ ਹੋਏਗੀ? 10 ਹੋਏਗੀ। ਦਾ ਡਿਫਰੈਂਸ ਬਿਟਵੀਨ ਅਪਰ ਲਿਮਿਟ ਐਂਡ ਲੋਅਰ ਲਿਮਿਟ ਆਫ ਦਾ ਕਲਾਸ ਲਿਮਿਟ ਇਜ਼ ਕਾਲਡ ਕਲਾਸ ਵਿਡਥ ਔਰ ਸਾਈਜ਼। ਇਹਨਾਂ ਦੋਨਾਂ ਦਾ ਅੰਤਰ ਕੀ ਹੁੰਦਾ? ਸਾਡੇ ਕੋਲ ਕਲਾਸ ਵਿਡਥ ਹੁੰਦੀ ਹੈ ਜੋ ਕਿ ਕਿੰਨੀ ਦਿੱਤੀ ਹੈ, 10। ਅਗਲੀ ਗੱਲ ਜੋ ਪੁੱਛੇਗਾ ਹੁੰਦੀ ਹੈ ਕਲਾਸ ਮਾਰਕਸ। ਫਿਰ ਆਪਾਂ ਕੁਐਸਚਨ ਆਨਸਰ ਦੇ ਉੱਤੇ ਚੱਲਾਂਗੇ, ਪਹਿਲਾਂ ਜਸਟ ਇਹਦਾ ਬੇਸਿਕ ਚੀਜ਼ਾਂ ਦੇਖ ਰਹੇ ਹਾਂ।
ਕਲਾਸ ਮਾਰਕਸ ਬੱਚੇ ਫਾਈਂਡ ਕਰਨ ਦਾ ਤਰੀਕਾ ਹੁੰਦਾ ਲੋਅਰ ਲਿਮਿਟ ਪਲੱਸ ਅਪਰ ਲਿਮਿਟ ਬਾਏ ਟੂ। ਜਿਵੇਂ ਮੰਨ ਲਓ 800 ਤੋਂ 810 ਦੇ ਵਿੱਚ ਸਾਨੂੰ ਪੁੱਛੇ ਕਿ ਇਹਦਾ ਕਲਾਸ ਮਾਰਕਸ ਕੀ ਹੋਏਗਾ, ਜਸਟ ਦੋਨਾਂ ਨੂੰ ਆਪਾਂ ਕੀ ਕਰਨਾ, ਐਡ ਕਰਨਾ, ਯਾਨੀ 800 ਪਲੱਸ 810 ਅਤੇ ਦੋਨਾਂ ਕੀ ਕਰ ਦੇਣਾ, ਡਿਵਾਈਡ ਕਰਨਾ। ਪਲੱਸ ਕਰੋਗੇ 1610 ਆਏਗਾ, ਦੋ ਨਾਲ ਡਿਵਾਈਡ ਕਰੋਗੇ ਕਿੰਨਾ ਆਏਗਾ 805। ਇੱਥੋਂ ਤੁਸੀਂ ਐਂ ਦੇਖ ਸਕਦੇ ਹੋ ਕਿ 800 ਅਤੇ 810 ਦੇ ਜੋ ਸੈਂਟਰ ਵੈਲਿਊ ਹੁੰਦੀ ਹੈ, ਮਿਡਲ ਮੋਸਟ ਵੈਲਿਊ, ਉਹਨੂੰ ਹੀ ਆਪਾਂ ਕੀ ਕਹਿੰਦੇ ਹਾਂ, ਕਲਾਸ ਮਾਰਕਸ ਕਹਿੰਦੇ ਹਾਂ। 800 ਅਤੇ 810 ਦੇ ਵਿੱਚ ਮਿਡਲ ਮੋਸਟ ਵੈਲਿਊ ਕੀ ਹੋਏਗੀ 805, ਅਤੇ ਉਹੀ ਸਾਡਾ ਕੀ ਹੁੰਦਾ, ਕਲਾਸ ਮਾਰਕਸ ਹੁੰਦਾ। ਹੁਣ ਆ ਜਾਓ ਬੱਚੇ ਆਪਾਂ ਕੁਸ਼ਚਨ ਆਂਸਰ ਇਹਦੇ ਕੀ ਕਰਦੇ ਹਾਂ, ਸਟਾਰਟ ਕਰਦੇ ਹਾਂ। ਚਾਰ ਤੱਕ ਕੁਸ਼ਚਨ ਸਾਡੇ ਆਲਰੇਡੀ ਡਿਸਕਸ ਸੀਗੇ, ਉਹ ਸਾਰੇ ਡਿਸਕ੍ਰੀਟ ਦੇ ਉੱਤੇ ਸੀਗੇ। ਕੁਸ਼ਚਨ ਨੰਬਰ 5th ਤੋਂ ਆਪਾਂ ਕੀ ਕਰਨਾ, ਸਟਾਰਟ ਕਰਨਾ, ਕੰਸਟਰਕਟ ਦਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਆਫ 20 ਸਟੂਡੈਂਟ ਕਲਾਸ ਇੰਟਰਵਲ 30 ਟੂ 35, 35 ਟੂ 40। ਠੀਕ ਹੈ ਜੀ, ਇੱਥੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਇੱਥੇ, ਚਲੋ ਨੈਕਸਟ ਪਾਰਟ ਦੇ ਵਿੱਚ ਮੈਂ ਐਕਸਪਲੇਨ ਕਰਦਾ। ਇੱਥੇ ਕੁਸ਼ਚਨ ਚਾਹ ਰਹੋ, ਜਿਵੇਂ ਡਿਸਟ੍ਰੀਬਿਊਸ਼ਨ ਟੇਬਲ ਆਪਾਂ ਕੀ ਕਰਨਾ ਇੱਥੇ ਬਣਾਉਣਾ। ਠੀਕ ਹੈ ਜੀ, ਜਸਟ ਵਨ ਸੈਕਿੰਡ। 30 ਤੋਂ 35, 35 ਤੋਂ 40 ਸਟਾਰਟ ਕਰਨਾ, ਤਾਂ ਇੰਟਰਵਲ ਸਾਡਾ ਕਿੱਥੋਂ ਸਟਾਰਟ ਹੋ ਗਿਆ, 30 ਟੂ 35। ਹੁਣ ਇੱਥੇ ਵਿੱਚ ਗਿਣਦੇ ਹਾਂ ਕਿ 30 ਤੋਂ ਲੈ ਕੇ 35 ਤੱਕ ਜਿਹੜੇ ਵੇਟ ਨੇ, ਕਿੰਨੇ ਬੱਚਿਆਂ ਦਾ ਵੇਟ ਹੈ 30 ਤੋਂ 35 ਤੱਕ। ਤਾਂ ਬੱਚੇ ਦੇਖੋ, 30 ਤੋਂ 35 ਤੱਕ ਜਦੋਂ ਆਪਾਂ ਗਿਣਨਾ ਹੈ, ਤਾਂ ਆਪਾਂ 30 ਵੇਟ ਗਿਣਨਾ, 30 ਵਾਲਾ ਪੈਨ ਚੇਂਜ ਕਰ ਲਈਏ, 30 ਵਾਲਾ ਵੇਟ ਗਿਣਨਾ, 31 ਗਿਣਨਾ, 32 ਗਿਣਨਾ, 33 ਵੇਟ ਗਿਣਨਾ, 34 ਗਿਣਨਾ, ਪਰ 35 ਵਾਲਾ ਨਹੀਂ ਗਿਣਨਾ। ਠੀਕ ਹੈ ਜੀ, ਹੁਣ 35 ਵਾਲਾ ਕਿਉਂ ਨਹੀਂ ਗਿਣਨਾ, ਹੁਣ ਇੱਕ ਚੀਜ਼ ਦੇਖੋ, 35 ਇੱਥੇ ਵੀ ਕਾਊਂਟ ਹੋ ਰਿਹਾ, ਇੱਥੇ ਵੀ ਕਾਊਂਟ ਹੋ ਰਿਹਾ। ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਬੱਚੇ, ਆਪਾਂ ਕਦੇ ਵੀ ਅਪਰ ਲਿਮਿਟ ਨੂੰ ਕਾਊਂਟ ਨਹੀਂ ਕਰਦੇ, ਅਪਰ ਲਿਮਿਟ ਨੂੰ ਕਦੇ ਵੀ ਕਾਊਂਟ ਨਹੀਂ ਕਰਦੇ। ਇੱਥੇ ਇੱਕ ਚੀਜ਼ ਮਿਸ ਹੋ ਗਈ ਸੀ, ਆ ਵੀ ਮੈਨੂੰ ਦਿਖਾ ਦਾਂ, ਹਾਂ ਆਹ ਦੇਖੋ, ਟੂ ਅਵੋਇਡ ਹੇਅਰ ਓਬਜ਼ਰਵੇਸ਼ਨ 810 ਅਕਰ ਇਨ ਬੋਥ, 810 ਇੱਥੇ ਵੀ ਆ ਰਿਹਾ, ਇੱਥੇ ਵੀ ਆ ਰਿਹਾ, ਹੈ ਨਾ, ਜਿਵੇਂ ਆਹ ਰੱਖੋ 810 ਇੱਥੇ ਵੀ ਹੈ, ਇੱਥੇ ਵੀ ਹੈ, ਤਾਂ ਕਿੱਥੇ ਕਾਊਂਟ ਕਰਨਾ। ਬਟ ਇਟ ਇਜ਼ ਨੋਟ ਪੋਸੀਬਲ, ਓਬਜ਼ਰਵੇਸ਼ਨ ਕੈਨ ਬਿਲੋਂਗ ਸਾਈਮਲਟੇਨੀਅਸਲੀ ਟੂ ਟੂ ਕਲਾਸਿਸ, ਟੂ ਅਵੋਇਡ ਦਿਸ ਵੀ ਅਡੋਪਟ ਕਨਵੈਨਸ਼ਨ ਡੈਟ ਦਾ ਕਾਮਨ ਓਬਜ਼ਰਵੇਸ਼ਨ ਵਿਲ ਬਿਲੋਂਗ ਟੂ ਹਾਇਰ ਕਲਾਸ ਡੈਟ ਇਟ 810 ਟੂ 820। ਮਤਲਬ ਇਹ ਸਕੈਨ ਦਾ ਮਤਲਬ ਬੱਚੇ ਸਾਰੀ ਗੱਲ ਦਾ ਨਿਚੋੜ ਆਈ ਹੈ ਕਿ ਅਪਰ ਲਿਮਿਟ ਨੂੰ ਆਪਾਂ ਕਾਊਂਟ ਨਹੀਂ ਕਰਨਾ, ਲੋਅਰ ਲਿਮਿਟ ਨੂੰ ਕਾਊਂਟ ਕਰਨਾ ਹੈ। ਹੁਣ 30 ਤੋਂ ਲੈ ਕੇ 35 ਤੱਕ ਆਪਾਂ ਵੇਟ ਕਾਊਂਟ ਕਰਨਾ ਸੀ, ਤਾਂ ਬੱਚੇ ਦੇਖੋ 30 ਤੋਂ 35 ਦੇ ਵਿੱਚ ਕਿਹੜਾ ਆਉਂਦਾ, ਇੱਕ ਆ ਗਿਆ 33, ਇੱਕ ਇਹ ਆ ਗਿਆ 2, ਉਸ ਤੋਂ ਬਾਅਦ ਆ ਜਾਓ ਬੱਚੇ ਇਹ ਆ ਗਿਆ 3। ਠੀਕ ਹੈ ਜੀ, ਉਸ ਤੋਂ ਬਾਅਦ ਨਹੀਂ 3 ਨੇ, ਤਾਂ 1 2 3 ਆ ਗਿਆ ਟੈਲੀ ਮਾਰਕਸ। ਹੁਣ 35 ਤੋਂ 40 ਆ ਜਾਓ, ਯਾਨੀ 35 ਗਿਣਨਾ, 36 37 38 39 ਤੱਕ, 40 ਇੱਥੇ ਨਹੀਂ ਗਿਣਨਾ, 40 ਆਪਾਂ ਲੋਅਰ ਲਿਮਿਟ 'ਚ ਕਾਊਂਟ ਕਰਾਂਗੇ। ਠੀਕ ਹੈ ਜੀ, ਹੁਣ ਦੇਖੋ ਪਹਿਲਾਂ 40 ਇੱਥੇ, 40 ਤਾਂ ਇੱਥੇ ਕਾਊਂਟ ਕਰਨਾ ਹੀ ਨਹੀਂ, 40 ਤਾਂ ਆਪਾਂ ਇੱਥੇ ਕਾਊਂਟ ਕਰਨਾ, ਆ ਨਹੀਂ ਆਊਗਾ 35 ਤੋਂ ਲੈ ਕੇ 39 ਤੱਕ ਦੇ ਸਾਰੇ ਦੇਖਾਂਗੇ, ਤਾਂ ਇੱਕ ਆ ਗਿਆ 1। ਠੀਕ ਹੈ ਜੀ, ਇੱਕ ਆ ਗਿਆ 2। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ 3, ਇਸ ਤੋਂ ਬਾਅਦ ਆ ਗਿਆ ਕਿੰਨਾ 4, ਇਹ ਆ ਗਿਆ ਸਾਢੇ 4। 40 ਇੱਥੇ ਲਿਖਿਆ, ਬਟ 40 ਆਪਾਂ ਅਪਰ ਲਿਮਿਟ 'ਚ ਕਾਊਂਟ ਨਹੀਂ ਕਰਦੇ, ਉਹ ਕਿੱਥੇ ਕਾਊਂਟ ਕਰਦੇ ਹਾਂ, ਲੋਅਰ ਲਿਮਿਟ ਦੇ ਵਿੱਚ ਕਾਊਂਟ ਕਰਾਂਗੇ। 4 ਹੋ ਗਏ, ਉਸ ਤੋਂ ਬਾਅਦ ਜਿਵੇਂ 40 ਤੋਂ 45 ਦੇ ਵਿੱਚ ਹੁਣ ਕਾਊਂਟ ਕਰਾਂਗੇ 40 ਨੂੰ, 1 40 ਤੋਂ 45 ਤੱਕ, ਅਤੇ ਆ ਗਿਆ 2, 45 ਤੱਕ ਆ ਗਿਆ 3, ਅਤੇ ਆਹ ਆ ਗਿਆ ਕਿੰਨਾ 4, ਅਤੇ ਇੱਥੇ ਕਿੰਨੀ ਆ ਗਈ ਫ੍ਰੀਕੁਐਂਸੀ 4, ਟੈਲੀਮਾਰਕਸ 1 2 3 and 4। ਸਿਮਿਲਰਲੀ ਬਾਕੀ ਵੀ ਸਾਰੇ ਗਿਣ ਕੇ ਤੁਸੀਂ ਕਾਊਂਟ ਕਰਨੇ ਆ। 45 ਤੋਂ 50 ਦੇ ਵਿੱਚ 50 ਨੂੰ ਕਾਊਂਟ ਨਹੀਂ ਕਰਨਾ, 45 46 47 48 49 ਤਾਂ ਕਰਾਂਗੇ, 50 ਆਪਾਂ ਨੈਕਸਟ ਕਲਾਸ ਦੇ ਵਿੱਚ ਕਾਊਂਟ ਕਰਨਾ। ਠੀਕ ਹੈ ਜੀ, ਨੈਕਸਟ ਕੁਸ਼ਚਨ ਦੇ ਆ ਜਾਓ 6th ਦਾ। ਪ੍ਰਿਪੇਅਰ ਆ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਆਫ ਦਾ ਮਾਰਕਸ ਆਫ ਆਊਟ ਆਫ 50
ਓਬਟੇਨਡ ਇਨ ਅ ਟੈਸਟ ਬਾਏ 60 ਸਟੂਡੈਂਟ ਆਫ ਆ ਕਲਾਸ। ਟੋਟਲ ਕਿੰਨੇ ਬੱਚੇ ਨੇ? 60 ਸਟੂਡੈਂਟ ਨੇ। 50 ਦੇ ਵਿੱਚੋਂ ਮਾਰਕਸ ਸੀਗੇ ਉਹ ਆਪਾਂ ਨੋਟ ਕਰੇ ਹੋਏ ਨੇ, ਕਿਸੇ ਦੇ 21 ਮਾਰਕਸ, ਕਿਸੇ ਦੇ 10 ਮਾਰਕਸ। ਤੁਹਾਡਾ ਡਿਸਟ੍ਰੀਬਿਊਸ਼ਨ ਟੇਬਲ ਬਣਾਉਣਾ, ਇੰਟਰਵਲ ਕਿੱਥੋਂ ਯੂਜ਼ ਕਰਨਾ, 0 to 10 ਤੱਕ। ਤਾਂ ਦੇਖੋ ਕਿੰਨੇ ਦਾ ਗੈਪ ਹੈ, 0 to 10 ਦੇ ਵਿੱਚ 10 ਦਾ ਗੈਪ, ਅਗਲਾ ਕਿੰਨਾ 10 ਦਾ ਗੈਪ, ਤਾਂ 0 to 10, 10 to 20, ਅਗਲਾ 20 to 30, 30 to 40, 40 to 50, 50 to 60 ਤੱਕ ਚੱਲੇਗਾ। ਠੀਕ ਹੈ ਜੀ, ਇਹ ਸਭ ਨੂੰ ਕਿੱਥੋਂ ਪਤਾ ਲੱਗਿਆ 60 ਤੱਕ ਚੱਲੇਗਾ? ਆਪਾਂ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਨੰਬਰ ਇੱਥੇ ਦੇਖ ਲੈਣਾ। ਸਭ ਤੋਂ ਵੱਡਾ ਨੰਬਰ ਕਿੰਨਾ ਬੱਚੇ ਇੱਥੇ ਚੈੱਕ ਕਰੋ, 50 ਆ ਰਿਹਾ। ਇਸ ਤੋਂ ਵੱਡਾ ਤਾਂ ਕੋਈ ਨੰਬਰ ਹੈ ਨਹੀਂ ਹੁਣ ਦੇਖੋ, ਕਿਉਂਕਿ 10-10 ਦਾ ਗੈਪ ਚੱਲ ਰਿਹਾ। ਹੁਣ 50 ਇੱਥੇ ਤਾਂ ਮੈਂ ਕਾਊਂਟ ਨਹੀਂ ਕਰ ਸਕਦਾ, ਅਪਰ ਲਿਮਿਟ ਤਾਂ ਇੰਕਲੂਡ ਨਹੀਂ ਹੈ, ਤਾਂ 50 to 60 ਲੈਣਾ ਪਊਗਾ ਤਾਂ ਕਿ ਲੋਅਰ ਲਿਮਿਟ ਦੇ ਵਿੱਚ 50 ਨੂੰ ਆਪਾਂ ਕਾਊਂਟ ਕਰ ਪਾਈਏ। ਹੁਣ 0 to 10 ਦੇ ਵਿੱਚ ਕਿੰਨੇ ਨੰਬਰ ਨੇ? ਹੁਣ ਦੇਖੋ 10 ਇੱਥੇ ਨਹੀਂ ਕਾਊਂਟ ਕਰਨਾ, ਜਿਵੇਂ ਆਹ 10 ਆ ਨਾ, ਇਹ ਕਿੱਥੇ ਕਾਊਂਟ ਹੋਊਗਾ? ਇਹ ਨੈਕਸਟ 'ਚ ਕਾਊਂਟ ਹੋਊਗਾ, ਲੋਅਰ ਲਿਮਿਟ ਜਿੱਥੇ ਹੁੰਦੀ ਆ, ਅਪਰ ਲਿਮਿਟ 'ਚ 10 ਕਾਊਂਟ ਨਹੀਂ ਹੋਊਗਾ। ਤਾਂ 0 to 10 ਦੇ ਵਿੱਚ ਇੱਕ ਆ ਗਿਆ 5, 1, ਹੋਰ ਦੇਖੋ ਬੱਚੇ 0 to 10 ਦੇ ਵਿੱਚ ਹੋਰ ਕਿਹੜਾ ਹੈਗਾ ਨੰਬਰ? ਠੀਕ ਹੈ, ਇੱਕ ਆ ਗਿਆ ਕਿੰਨਾ? 7, 2 ਨੰਬਰ ਆ ਗਏ, ਤਾਂ ਫਰੀਕੁਐਂਸੀ ਕਿੰਨੀ ਆ ਗਈ? 2, ਟੈਲੀਮਾਰਕ ਕਿੰਨਾ ਆ ਜਾਏਗਾ? 1 and 2। ਸਿਮਿਲਰਲੀ 10 to 20 ਦੇ ਵਿੱਚ ਕਾਊਂਟ ਕਰੋਗੇ, ਇਹ ਆ ਜਾਏਗਾ 10, ਇੱਥੇ ਕਾਊਂਟ ਕਰਨਾ ਹੈ। ਠੀਕ ਹੈ ਜੀ, 1 10 to 20 ਦੇ ਵਿੱਚ ਇਹ ਆ ਜਾਏਗਾ 2, ਡੈਟ ਇਜ਼ 3, ਇਹ 15 ਸੀਗਾ ਇੱਥੇ ਦੇਖ ਲੈਣਾ। ਠੀਕ ਹੈ, ਉਸ ਤੋਂ ਬਾਅਦ ਆ ਗਿਆ 4, 5, 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
ਕਾਊਂਟ ਨਹੀਂ ਕਰਨਾ, 20 ਦਾ ਨੈਕਸਟ ਕਾਊਂਟ ਹੋਊਗਾ, ਠੀਕ ਆ। ਇਹ ਕਿੰਨਾ ਆ ਗਿਆ ਸਾਡੇ ਕੋਲ 8, ਉਸ ਤੋਂ ਬਾਅਦ 9, ਇਹ ਆ ਗਿਆ ਸਾਡੇ ਕੋਲ ਕਿੰਨਾ 10 ਆ ਗਿਆ। ਫ੍ਰੀਕੁਐਂਸੀ ਆ ਗਈ 10, ਟੈਲੀਮਾਰਕ ਸਾਨੂੰ ਪਤਾ 1, 2, 3, 4 ਆ 5, 6, 7, 8, 9 ਅਤੇ ਆ 10। 4 ਤੋਂ ਬਾਅਦ 5ਵੀਂ ਨੂੰ ਆਪਾਂ ਕ੍ਰੋਸ ਕਰਕੇ ਲਗਾਉਂਦੇ ਹਾਂ। ਇਹ ਕ੍ਰੋਸ ਕਰਨ ਦਾ ਰੀਜ਼ਨ ਤਾਂ ਹੁੰਦਾ ਤਾਂ ਕਿ ਆਪਾਂ ਈਜ਼ਲੀ ਇਹਨੂੰ ਰੀਡ ਕਰ ਸਕੀਏ, ਕਿਉਂਕਿ 5-5 ਦੇ ਕੀ ਬਣ ਜਾਂਦੇ ਨੇ, ਗਰੁੱਪ ਬਣ ਜਾਂਦੇ ਨੇ। ਹੁਣ ਤੁਹਾਨੂੰ ਸ਼ਾਇਦ ਕਲੀਅਰ ਹੋ ਗਿਆ ਹੋਊਗਾ, ਹੁਣ ਨੈਕਸਟ ਵਾਲੇ ਪਾਰਟ ਤੁਸੀਂ ਗਿਣਨਾ ਆਪਣੀ ਬੁੱਕ ਤੋਂ ਅਤੇ ਨੋਟ ਕਰਨਾ। ਨੈਕਸਟ ਸੇਮ ਹੈ ਦਾ ਵਾਟਰ ਟੈਕਸ ਬਿੱਲ 30 ਹਾਊਸ ਦਾ ਦਿੱਤਾ ਹੋਇਆ, ਕੰਸਟਰਕਟ ਕਰਨਾ ਗਰੁੱਪਡ ਫ੍ਰੀਕੁਐਂਸੀ ਵਿਦ ਕਲਾਸ ਸਾਈਜ਼। ਹੁਣ ਦੇਖੋ ਆਪਾਂ ਕਲਾਸ ਸਾਈਜ਼ ਦੱਸਤੀ ਕਿ ਡਿਫਰੈਂਸ ਕਿੰਨੇ ਦਾ, 10 ਦਾ ਡਿਫਰੈਂਸ ਹੈ, ਠੀਕ ਹੈ। ਹੁਣ ਇਸ ਚੀਜ਼ ਨੂੰ ਦੇਖੋ, 10 ਦਾ ਡਿਫਰੈਂਸ ਦੱਸਤਾ, ਹੋਰ ਉਹਨੇ ਦੱਸਿਆ ਹੀ ਨਹੀਂ ਕਿ ਸਟਾਰਟ ਕਿੱਥੋਂ ਕਰਨਾ। ਤਾਂ ਆਪਾਂ ਦੇਖਣਾ ਹੈ ਕਿ 10 ਦਾ ਡਿਫਰੈਂਸ ਰੱਖਣਾ, ਸਭ ਤੋਂ ਛੋਟਾ ਨੰਬਰ ਚੈੱਕ ਕਰਦੇ ਹਾਂ ਆਪਾਂ ਕਿੰਨਾ। ਤਾਂ ਦੇਖੋ ਬੱਚੇ, ਸਭ ਤੋਂ ਛੋਟਾ ਨੰਬਰ ਤੁਸੀਂ ਇੱਥੇ ਚੈੱਕ ਕਰੋਗੇ, ਇੱਕ ਆ ਗਿਆ ਕਿੰਨਾ 14, ਠੀਕ ਹੈ। 14 ਥੱਲੇ ਦੇਖੋ, ਇਸ ਤੋਂ ਛੋਟਾ ਕੋਈ ਨੰਬਰ ਹੈਗਾ ਨਹੀਂ ਹੈਗਾ, 14 ਤੋਂ ਛੋਟਾ ਕੋਈ ਨਹੀਂ ਹੈਗਾ ਨੰਬਰ। ਹੁਣ ਦੇਖੋ ਸਭ ਤੋਂ ਛੋਟਾ ਨੰਬਰ ਕਿੰਨਾ, 14। ਤਾਂ ਆਪਾਂ ਕਿੱਥੋਂ ਗਰੁੱਪ ਸਟਾਰਟ ਕਰ ਦਿੰਦੇ ਹਾਂ, 10 ਤੋਂ ਸਟਾਰਟ ਕਰਾਂਗੇ, 10 ਤੋਂ ਕਿੰਨਾ 20, ਤਾਂ ਕਿ ਉਹਦੇ ਵਿੱਚ ਕਿੰਨਾ ਕਾਊਂਟ ਹੋ ਜਾਵੇ, ਜਿਹੜਾ 14 ਹੈ ਉਹ ਕਾਊਂਟ ਹੋ ਜਾਵੇ। ਮੰਨ ਕੇ ਚੱਲੋ ਅਗਰ ਇੱਥੇ 24 ਹੁੰਦਾ ਸਭ ਤੋਂ ਛੋਟਾ ਨੰਬਰ, ਤਾਂ ਆਪਾਂ ਕਿੱਥੋਂ ਸਟਾਰਟ ਕਰ ਲੈਂਦੇ, 20 ਤੋਂ 30 ਦਾ ਗਰੁੱਪ ਆਪਾਂ ਸਟਾਰਟ ਕਰ ਲੈਂਦੇ, ਠੀਕ ਹੈ ਜੀ, ਕਲੀਅਰ ਹੋ ਗਿਆ। ਜੇ ਮੰਨ ਕੇ ਚੱਲੋ ਇੱਥੇ 5 ਹੁੰਦਾ ਸਭ ਤੋਂ ਛੋਟਾ ਨੰਬਰ, ਅਤੇ 10 ਦਾ ਆਪਾਂ ਗਰੁੱਪ ਬਣਾਉਣਾ ਸੀ, ਤਾਂ 0 ਤੋਂ 10 ਸਟਾਰਟ ਕਰ ਲੈਂਦੇ, ਉਹਦੇ ਵਿੱਚ ਕਾਊਂਟ ਹੋ ਜਾਂਦਾ। ਅੱਛਾ, ਛੋਟਾ ਸਭ ਤੋਂ 14 ਸੀ, ਇਸ ਕਰਕੇ ਆਪਾਂ ਕਿਹੜਾ ਗਰੁੱਪ ਤੋਂ ਸਟਾਰਟ ਕਰ ਰਹੇ ਹਾਂ, 10 ਤੋਂ ਸਟਾਰਟ ਕਰ ਰਹੇ ਹਾਂ, ਅਤੇ 10-10 ਦਾ ਗੈਪ ਰਹੇ ਹਾਂ, ਕਿਉਂਕਿ ਕਲਾਸ ਸਾਈਜ਼ ਸਾਨੂੰ ਗਿਵਨ ਹੈ ਕਿੰਨੀ ਲੈਣੀ ਹੈ, 10 ਦੀ ਲੈਣੀ ਹੈ, ਠੀਕ ਹੈ ਜੀ। ਤਾਂ 10 ਤੋਂ 20 ਦੇ ਵਿੱਚ ਹੁਣ ਤੁਸੀਂ ਕਾਊਂਟ ਕਰ ਲਓ ਬੱਚੇ ਕਿੰਨੇ ਆ ਰਹੇ ਨੇ। ਇੱਕ ਤਾਂ ਆ ਗਿਆ 10 ਤੋਂ ਵਿੱਚ, ਇੱਕ ਆ ਗਿਆ 14, ਇੱਕ ਆ ਗਿਆ 15, 2, ਠੀਕ ਹੈ ਜੀ, ਇੱਕ ਆ ਗਿਆ ਫਿਰ 14, ਕਿੰਨੇ 3 ਆ ਗਏ। ਤਾਂ ਫ੍ਰੀਕੁਐਂਸੀ ਕਿੰਨੀ ਆਜੂਗੀ, 1, 2, and 3, ਠੀਕ ਹੈ ਜੀ। ਸਿਮਿਲਰਲੀ ਬਾਕੀ ਵੀ ਤੁਸੀਂ ਇੱਥੋਂ ਨੰਬਰ ਆਪਣੇ ਕਾਊਂਟ ਕਰਨੇ ਨੇ, ਅਪਰ ਲਿਮਿਟ ਕਾਊਂਟ ਨਹੀਂ ਕਰਨੀ, ਉਹ ਲੋਅਰ ਦੇ ਵਿੱਚ ਆਪਾਂ ਕਾਊਂਟ ਕਰ ਰਹੇ ਹੋਵਾਂਗੇ। ਅਤੇ ਲਾਸਟ ਸੀਗਾ ਸਾਡੇ ਕੋਲ 8ਵਾਂ ਕੁਸ਼ਚਨ, ਉਸ ਤੋਂ ਬਾਅਦ ਆਪਾਂ MCQ ਇਹਦੇ ਕਲੀਅਰ ਅੱਜ ਹੀ ਖਤਮ ਕਰ ਲਾਂਗੇ ਐਕਸਰਸਾਈਜ਼ ਨੂੰ। ਕੰਸਟਰਕਟ ਦਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਵਿਦ ਕਲਾਸ ਇੰਟਰਵਲ 0 to 5, 5 to 10 ਐਂਡ ਸੋ ਔਨ, ਠੀਕ ਹੈ ਜੀ। ਹੁਣ ਉਹਨਾਂ ਨੇ ਦੱਸ ਹੀ ਦਿੱਤਾ ਕਿ 0 to 5 ਤੋਂ ਸਟਾਰਟ ਕਰਨੀ ਹੈ, ਇਹਦੇ ਵਿੱਚ ਤਾਂ ਸਾਨੂੰ ਫਿਰ ਕੁਝ ਸੋਚਣ ਦੀ ਲੋੜ ਹੀ ਹੈ ਨਹੀਂ। 0 to 5 ਦੇ ਵਿੱਚ 0, 1, 2, 3, 4 ਤੱਕ ਇੰਕਲੂਡ ਕਰਨਾ, 5 ਇੱਥੇ ਨਹੀਂ ਕਰਾਂਗੇ, 5 ਆਪਾਂ ਨੈਕਸਟ ਇੰਟਰਵਲ ਦੇ ਵਿੱਚ ਲੋਅਰ ਲਿਮਿਟ 'ਚ ਕਾਊਂਟ ਕਰਾਂਗੇ। ਤਾਂ 0 to 5 ਦੇ ਵਿੱਚ ਦੇਖੋ ਕਿੰਨੇ ਆ, 5 ਨਾ ਕਾਊਂਟ ਕਰਿਓ, ਇਹ ਤਾਂ ਨੈਕਸਟ ਕਾਊਂਟ ਹੋਣਾ, ਠੀਕ ਹੈ ਜੀ। 1 ਆ ਗਿਆ 0, ਆਹੀ ਹੈ 1, ਅਤੇ ਹੋਰ ਕੋਈ ਹੈ ਹੀ ਨਹੀਂ ਹੈ। ਤਾਂ ਕਿੰਨਾ ਆ ਗਿਆ, ਟੈਲੀਮਾਰਕ ਵੀ 1, ਫ੍ਰੀਕੁਐਂਸੀ ਵੀ ਕਿੰਨੀ, 1, ਠੀਕ ਹੈ ਜੀ। ਸਿਮਿਲਰਲੀ 5 to 10 ਦੇ ਵਿੱਚ ਬੱਚੇ ਤੁਸੀਂ ਗਿਣ ਲਓਗੇ ਤਾਂ 10 ਨੂੰ ਨਹੀਂ ਗਿਣਨਾ, 10 ਇੱਥੇ ਗਿਣਨਾ, ਤਾਂ 5 ਤੋਂ ਲੈ ਕੇ 9 ਤੱਕ 1, 2, 3, 4, 5, ਡੈਟਸ ਇਟ, ਤਾਂ ਇੱਥੇ ਆ ਗਏ 5,
ਵਨ ਟੂ ਥ੍ਰੀ ਫੋਰ ਐਂਡ ਫਾਈਵ। ਠੀਕ ਹੈ ਜੀ, ਗਿਣ ਕੇ ਤੁਸੀਂ ਇੱਥੇ ਸਾਰੇ ਲੱਗੇ ਹੋਏ ਨੇ, ਆਰਾਮ ਨਾਲ ਤੁਸੀਂ ਆਪਣਾ ਗਿਣ ਕੇ ਚੈੱਕ ਕਰ ਸਕਦੇ ਹੋ। ਹੁਣ ਗੱਲ ਕਰ ਲੈਂਦੇ ਆਪਾਂ ਐਮ ਸੀ ਕਿਊ ਦੇ ਉੱਤੇ। ਹੁਣ ਐਮ ਸੀ ਕਿਊ ਦਾ ਨਾ ਪਹਿਲਾਂ ਮੇਰੇ ਕਰਨ ਤੋਂ ਪਹਿਲਾਂ ਜਦੋਂ ਕੁਸ਼ਚਨ ਪਹਿਲਾਂ ਪੜ੍ਹ ਲੈਣਾ ਤਾਂ ਸਭ ਤੋਂ ਪਹਿਲਾਂ ਸਭ ਨੇ ਆਪਣੇ ਆਪ ਕਮੈਂਟ ਦੇ ਵਿੱਚ ਸਾਰੇ ਆਂਸਰ ਦੇ ਮੈਂਸ਼ਨ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਹਾਂ ਵੀ ਅਪਰ ਲਿਮਿਟ ਕੀ ਹੈ। ਮੈਂ ਹਾਲੇ ਨਹੀਂ ਕਰ ਰਿਹਾ, ਜਿਵੇਂ ਅਪਰ ਲਿਮਿਟ ਆਫ 20 to 30। ਠੀਕ ਹੈ, ਵੀਡੀਓ ਇੱਥੇ ਰੋਕ ਲੈਣੀ ਹੈ, ਕਮੈਂਟ ਕਰਨਾ, ਉਸ ਤੋਂ ਬਾਅਦ ਸਾਰੇ ਕੁਸ਼ਚਨ ਤੁਸੀਂ ਪਹਿਲਾਂ ਵੀਡੀਓ ਨੂੰ ਰੋਕ ਲਿਓ, ਆਪਣੇ ਆਪ ਪਹਿਲਾਂ ਇਹਦੇ ਐਮ ਸੀ ਕਿਊ ਕਮੈਂਟ ਦੇ ਵਿੱਚ ਆਂਸਰ ਕਰਨ ਦੀ ਕੋਸ਼ਿਸ਼ ਕਰਿਓ। ਠੀਕ ਹੈ, ਉਸ ਤੋਂ ਬਾਅਦ ਇਹਦਾ ਸਲਿਊਸ਼ਨ ਦੇਖ ਲਿਓ, ਵੀਡੀਓ ਇੱਥੇ ਰੋਕ ਲਓ ਅਤੇ ਕਮੈਂਟ ਦੇ ਵਿੱਚ ਸਾਰੇ ਆਂਸਰ ਕਰੋ। ਦਾ ਅਪਰ ਲਿਮਿਟ ਆਫ 20 to 30, ਤਾਂ ਬੱਚੇ ਅਪਰ ਲਿਮਿਟ ਕਿਹੜੀ ਹੁੰਦੀ ਹੈ? 30 ਕੀ ਹੋ ਜੂਗੀ ਸਾਡੇ ਕੋਲ, ਅਪਰ ਲਿਮਿਟ ਹੋ ਜੂਗੀ, ਲੋਅਰ ਲਿਮਿਟ ਕਿੰਨਾ 20। ਇੱਥੇ ਲੋਅਰ ਲਿਮਿਟ ਕਿੰਨੀ ਹੋ ਜੂਗੀ? 25 to 35 ਦੇ ਵਿੱਚ। ਠੀਕ ਹੈ ਜੀ, ਲੋਅਰ ਲਿਮਿਟ ਛੋਟਾ ਨੰਬਰ ਹੁੰਦਾ ਤਾਂ ਕਿੰਨੀ ਆ ਜਾਏਗੀ? 25। ਕਲਾਸ ਸਾਈਜ਼, ਕਲਾਸ ਸਾਈਜ਼ ਬੱਚੇ ਕੀ ਦੱਸਿਆ ਸੀ? ਦੋਨਾਂ ਦੇ ਵਿੱਚ ਦਾ ਡਿਫਰੈਂਸ 40 to 60, ਅਪਰ ਲਿਮਿਟ 'ਚੋਂ ਲੋਅਰ ਲਿਮਿਟ ਮਾਈਨਸ ਕਰ ਦਿਉ, 60 to 40 ਮਾਈਨਸ ਕਰੋਗੇ ਕਿੰਨਾ ਆ ਜਾਏਗਾ? 20। ਕਲਾਸ ਮਾਰਕਸ, ਹੁਣ ਬੱਚੇ ਕਲਾਸ ਮਾਰਕਸ ਦਾ ਕੀ ਫਾਰਮੂਲਾ ਸੀਗਾ? ਅਪਰ ਲਿਮਿਟ ਪਲੱਸ ਲੋਅਰ ਲਿਮਿਟ ਡਿਵਾਈਡਡ ਬਾਏ 2, ਯਾਨੀ ਦੋਨਾਂ ਨੂੰ ਆਪਾਂ ਕੀ ਕਰਨਾ? ਪਲੱਸ ਕਰਨਾ, ਤਾਂ ਦੋ ਨਾਲ ਕੀ ਕਰਨਾ? ਡਿਵਾਈਡ। ਜਾਂ ਫਿਰ ਮੈਂ ਇੱਕ ਦੂਜਾ ਤਰੀਕਾ ਦੱਸਿਆ ਸੀ ਕਿ 100 ਤੇ 150 ਦੇ ਜੋ ਵਿੱਚ ਵਾਲੀ ਵੈਲੀ ਹੋਊਗੀ ਬਿਲਕੁਲ ਸੈਂਟਰ 'ਚ, ਉਹ ਸਾਡਾ ਕੀ ਹੁੰਦੀ ਹੈ? ਕਲਾਸ ਮਾਰਕਸ, ਜੋ ਕਿ ਕਿੰਨੀ ਹੁੰਦੀ? 125। ਨਹੀਂ ਤਾਂ ਤੁਸੀਂ ਪਲੱਸ ਕਰ ਲਓ 250 ÷ 2, 250 ਦਾ ਅੱਧ ਕਿੰਨਾ ਹੁੰਦਾ? 125, ਆਨਸਰ ਆ ਗਿਆ। ਦਾ ਕਲਾਸ 0 to 10, 10 to 20, 20 to 30 ਆਰ, ਇਹ ਕੀ ਹੈ? ਇਹ ਬਿਲਕੁਲ ਕੰਟੀਨਿਊਸ ਹੈ, 0 to 10, ਫਿਰ 10 to 20, 20 to 30 ਚੱਲ ਰਹੀ ਹੈ। ਅਗਲਾ, ਡੈਸ਼ ਗਿਵ ਦਾ ਨੰਬਰ ਆਫ ਟਾਈਮ ਪਰਟੀਕੁਲਰ ਐਂਟਰੀ ਅਕਰ ਇਨ ਦਾ ਗਿਵਨ ਡਾਟਾ। ਕਹਿੰਦਾ ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਪਤਾ ਲੱਗਦਾ ਕਿੰਨੀ ਵਾਰ ਆਇਆ? ਜਿਵੇਂ ਆਪਾਂ ਗਿਣਦੇ ਹਾਂ 1 2 3 4 5 ਵਾਰ ਆਇਆ, ਤਾਂ ਆਪਾਂ ਫ੍ਰੀਕੁਐਂਸੀ ਲਿਖਦੇ ਹਾਂ। ਕੀ ਲਿਖਦੇ ਹਾਂ? ਉਹ ਫ੍ਰੀਕੁਐਂਸੀ ਤੋਂ ਸਾਨੂੰ ਪਤਾ ਲੱਗਦਾ। ਇਫ 50 or 60 ਇਜ਼ ਅ ਕਲਾਸ ਇੰਟਰਵਲ ਆਫ ਅ ਗਰੁੱਪ ਡਾਟਾ, ਦੈਨ ਲੋਅਰ ਲਿਮਿਟ ਆਫ, ਅਗੇਨ ਲੋਅਰ ਲਿਮਿਟ ਕਿੰਨੀ ਹੈ? 50। ਟੈਲੀ ਮਾਰਕਸ ਆਰ ਯੂਜ ਟੂ ਫਾਇੰਡ ਵਿੱਚ ਆਫ ਦਾ ਫੋਲੋਇੰਗ। ਟੈਲੀ ਮਾਰਕਸ ਦੇ ਨਾਲ ਤੁਸੀਂ ਕੀ ਦੱਸ ਸਕਦੇ ਹੋ? ਜਿਵੇਂ ਮੈਂ ਇੱਦਾਂ ਬਣਿਆ ਹੋਇਆ ਟੈਲੀ ਮਾਰਕਸ ਹੈ, ਤਾਂ ਇਹਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਕਿੰਨੇ ਨੰਬਰ ਨੇ ਇਹ? 5। 5 ਕੀ ਹੈਗੀ? ਫ੍ਰੀਕੁਐਂਸੀ ਹੈਗੀ, ਤਾਂ ਉਹਦੇ ਨਾਲ ਕੀ ਪਤਾ ਕਰ ਲਾਂਗੇ ਆਪਾਂ? ਫ੍ਰੀਕੁਐਂਸੀ। ਅਗਲਾ, ਨੌਵਾਂ, ਦਾ ਸਟੱਡੀ ਦਾ ਫੋਲੋਇੰਗ ਡਿਸਟ੍ਰੀਬਿਊਸ਼ਨ ਟੇਬਲ ਐਂਡ ਆਨਸਰ। ਟੇਬਲ ਨੂੰ ਦੇਖ ਲਓ, ਆਨਸਰ ਕਰੋ। ਵਟ ਇਜ਼ ਦਾ ਸਾਈਜ਼ ਆਫ ਕਲਾਸ ਇੰਟਰਵਲ? ਕਲਾਸ ਇੰਟਰਵਲ ਦਾ ਬੱਚੇ ਸਾਈਜ਼ ਕਿੰਨਾ? 5 to 10, 5 ਦਾ ਫਰਕ, 10 to 15, 5 ਦਾ ਫਰਕ। ਕਲਾਸ ਸਾਈਜ਼ ਕਿੰਨਾ? 5। ਵਿੱਚ ਕਲਾਸ ਹੈਜ਼ ਹਾਈਐਸਟ ਫ੍ਰੀਕੁਐਂਸੀ? ਸਭ ਤੋਂ ਵੱਧ ਫ੍ਰੀਕੁਐਂਸੀ ਕਿੰਨੀ ਹੈ? 25। ਅਤੇ ਕਿਹੜੀ ਕਲਾਸ ਦੀ ਹੈ ਉਹਦੇ ਸਾਹਮਣੇ? 15 to 20, ਇਹਦੀ ਫ੍ਰੀਕੁਐਂਸੀ ਸਭ ਤੋਂ ਹਾਈਐਸਟ ਹੈ। ਲੋਵੈਸਟ ਕਿਹੜੀ ਹੈ? 6। ਕਿਹੜੀ ਆ ਉਹ? 30 to 35। ਠੀਕ ਹੈ ਜੀ, ਉਸ ਤੋਂ ਬਾਅਦ ਵਿੱਚ ਕਲਾਸ ਹੈਵ ਦਾ ਸੇਮ ਫ੍ਰੀਕੁਐਂਸੀ? ਕਿਹੜੀ ਕਲਾਸ ਦੀ ਫ੍ਰੀਕੁਐਂਸੀ ਸੇਮ ਹੈ? ਦੇਖੋ, ਇੱਕ ਆਹ 10 ਹੈ, ਇੱਕ ਆਹ 10 ਹੈ, ਦੋਨੋਂ ਫ੍ਰੀਕੁਐਂਸੀ ਸੇਮ ਹੈ, 10 to 15 ਅਤੇ 20 to 25। ਕਿਹੜਾ ਸੀਗਾ? 10 to 15 ਅਤੇ 20 to 25। ਤਾਂ ਇੱਥੇ ਸਾਡੇ ਕੋਲ ਐਕਸਰਸਾਈਜ਼ 4.1 ਕੰਪਲੀਟ ਹੁੰਦੀ ਹੈ। ਠੀਕ ਹੈ ਜੀ, ਅਤੇ ਨੈਕਸਟ ਪਾਰਟ ਦੇ ਵਿੱਚ ਆਪਾਂ 4.2 ਸਟਾਰਟ ਕਰਾਂਗੇ।